ਪੰਜਾਬ ਦੇ ਵਿੱਚ ਮਹੱਲਾ ਕਲੀਨਿਕਾਂ ਦੀ ਸ਼ੁਰੂਆਤ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਰਨ ਜਾ ਰਹੀ ਹੈ ਪਹਿਲੇ ਪੜਾਅ ਦੇ ਵਿੱਚ 75 ਮਹੱਲਾ ਕਲੀਨਿਕ ਸ਼ੁਰੂ ਹੋ ਰਹੇ ਨੇ ਸੂਬੇ ਦੇ ਵਿੱਚ ਮਹੱਲਾ ਕਲੀਨਿਕ ਤਿਆਰ ਹੋਏ ਨੇ ਬਲਕਿ ਆਜ਼ਾਦੀ ਦਿਹਾੜੇ ਦੇ ਮੌਕੇ ਪੰਜਾਬ ਵਾਸੀਆਂ ਨੂੰ ਸੌਕਾਤ ਮਿਲਣ ਜਾ ਰਹੀ ਹੈ ਸਰਨਲ ਮਾਜੁੰਦੇ ਸਿਹਤ ਮੰਤਰੀ ਚੇਤਨ ਸਿੰਘ ਜੜਵਾ ਮਾਜਰਾ ਜੀ ਚੇਤਨ ਜੀ ਠੀਕ ਹੈ ਸਾਰਿਆਂ ਨੂੰ ਪਤਾ ਹੀ ਹੈ ਕਿ ਮਹੱਲਾ ਕਲੀਨਿਕ ਖੁੱਲਣ ਜਾ ਰਹੇ ਹਨ ਮਹੱਲਾ ਕਲੀਨਿਕ ਦੇ ਖੁੱਲਣ ਤੋਂ ਜੋ ਕੋਈ ਇੱਕ ਆਮ ਆਦਮੀ ਹੈ ਉਸਦੀ ਜੇਬ ਤੇ ਕਿੰਨਾ ਕੋ ਫਰਕ ਪਿਆ ਕਿਉਂਕਿ ਦੇਖੋ ਡਾਕਟਰਸ ਦੇ ਕੋਲ ਸਾਰੇ ਜਾਂਦੇ ਆ ਡਿਸਪੈਂਸਰੀਜ਼ ਕੋਲ ਸਾਰੇ ਜਾਂਦੇ ਆ ਉਸ ਤੋਂ ਬਾਅਦ ਜੇਕਰ ਉਹਨਾਂ ਨੂੰ ਛੱਡ ਕੇ ਮੁਹੱਲਾ ਕਲੀਨਿਕਸ ਜਾਂਦੇ ਆ ਤਾਂ ਉਹਨਾਂ ਦੀ ਜੇਬ ਤੇ ਕਿੰਨਾ ਕੋ ਫਰਕ ਪੈਗਾ ਇਹ ਸਭ ਤੋਂ ਵੱਡਾ ਸਵਾਲ ਹੈ ਅ ਸਭ ਤੋਂ ਪਹਿਲੇ ਤਾਂ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਦਰਸ਼ਕਾਂ ਦਾ ਔਰ ਮੈਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਮਤ ਸਿੰਘ ਜੀ ਮਾਨ ਦਾ ਔਰ ਸਾਡੇ ਦਿੱਲੀ ਦੇ ਸੀਐਮ ਅਰਵਿੰਦ ਕੇਜੀਵਾਲ ਜੀ ਦਾ ਜਿਨ੍ਹਾਂ ਦੇ ਸੁਪਨੇ ਨੂੰ ਅਸੀਂ 15 ਅਗਸਤ ਨੂੰ ਜਿਹੜਾ ਸਾਕਾਰ ਕਰਨ ਜਾ ਰਹੇ ਹਾਂ ਕਿਉਂਕਿ 15 ਅਗਸਤ ਨੂੰ 75 ਆਮ ਆਦਮੀ ਕਲੀਨਿਕ ਜਿਹੜੇ ਅਸੀਂ ਪੰਜਾਬ ਦੇ ਲੋਕਾਂ ਦੇ ਜਿਹੜੇ ਸਪੁਰਦਾ ਉਹ ਕਰਨ ਜਾ ਰਹੇ ਹਾਂਗੇ ਔਰ ਦੂਜੀ ਗੱਲ ਰਹੀ ਹੈ ਕਿ ਇਹਦੇ ਚ ਆਮ ਆਦਮੀ ਪਾਰਟੀ ਦੀ ਜਿਹੜੀ ਆਮ ਲੋਕਾਂ ਦੀ ਜੀਬ ਹੈ ਉਹ ਤੇ ਕੋਈ ਉਤੇ ਬੋਝ ਨਹੀਂ ਪਊਗਾ ਕਿਉਂਕਿ ਉਥੇ ਫ੍ਰੀ ਆਫ ਕਾਸਟ ਜਿਹੜਾ ਹੈਗਾ ਅ ਦਵਾਈ ਮਿਲੂਗੀ ਨਹੀਂ ਕੰਪੈਰੀਟਿਵਲੀ ਸਸਤਾ ਮੈਡੀਕਲ ਫੈਸਿਲਿਟੀ ਕਿਹੜੀ ਹੋਣੀ ਹੈ ਉੱਥੇ ਸਾਰਾ ਫ੍ਰੀ ਹੈ ਉੱਥੇ ਤਾਂ ਮੈਡੀਸਨ ਵੀ ਫ੍ਰੀ ਮਿਲਣੀ ਹੈ ਟੈਸਟ ਵੀ ਫ੍ਰੀ ਹੋਣੇ ਨੇ ਸੋ ਇਸ ਕਰਕੇ ਫਾਇਦਾ ਹੀ ਫਾਇਦਾ ਆਮ ਆਮ ਲੋਕਾਂ ਦਾ ਫਾਇਦਾ ਹੀ ਫਾਇਦਾ ਹੋਣਾ ਉੱਥੇ ਔਰ ਦੂਜੀ ਗੱਲ ਹਰ ਇੱਕ ਦੇ ਨੇੜੇ ਰਹੂਗਾ ਦੂਰ ਦਰਾਡੇ ਜਾਣ ਦੀ ਲੋੜ ਨਹੀਂ ਹੈ ਸੋ ਇਸ ਕਰਕੇ ਆਮ ਲੋਕਾਂ ਦੀ ਪਹੁੰਚ ਅੱਜ ਰਹੇ ਇਸ ਨੂੰ ਦੇਖਦੇ ਹੋਈ ਜਿਹੜੀ ਇਹ ਆਮ ਆਦਮੀ ਪਾਰਟੀ ਦੇ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੇ ਹਿੱਤ ਚ ਜਿਹੜਾ ਪੁੱਟਿਆ ਹੋਇਆ ਬਹੁਤ ਸਲਾਘਾਯੋਗ ਕਦਮ ਹੈ ਸਰ ਅਕਸਰ ਇਹ ਹੁੰਦਾ ਕਿ ਡਿਸਪੈਂਸਰੀਜ਼ ਜਾਂ ਸਰਕਾਰੀ ਹਸਪਤਾਲਾਂ ਚ ਚੈੱਕ ਜ਼ਰੂਰ ਕਰ ਲਿਆ ਜਾਂਦਾ ਉਸ ਤੋਂ ਬਾਅਦ ਕੁਝ ਟੈਸਟ ਹੁੰਦੇ ਉਹ ਟੈਸਟ ਜਿਹੜਾ ਕੀ ਹੈ ਕਹਿੰਦਾ ਲੈਬ ਚ ਜਾ ਕੇ ਕਰਾ ਲਓ ਉਹਦੇ ਕਰਕੇ ਕਾਫੀ ਖਰਚਾ ਹੁੰਦਾ ਤਾਂ ਕੀ ਇਨ ਬਿਲਟ ਅੰਦਰ ਵੀ ਕੋਈ ਲੈਬ ਹੋਏ ਕਿ ਜਿਹੜੇ ਕਿ ਕੁਝ ਟੈਸਟ ਜਿਹੜੇ ਮਾਰਕੀਟ ਚ ਬਹੁਤ ਮਹਿੰਗੇ ਆ ਉਹ ਫ੍ਰੀ ਚ ਅੰਦਰ ਹੋ ਸਕਣ ਬਹੁਤ ਸਾਰੇ 41 ਤਰ੍ਹਾਂ ਦੇ ਟੈਸਟ ਨੇ ਜਿਹੜੇ ਉਹ ਉਸ ਆਮਾਦਮੀ ਕਲੀਨਿਕ ਦੇ ਵਿੱਚ ਹੀ ਥੋੜਾ ਜਿਹੜਾ ਬਲੱਡ ਵੀ ਲੈ ਜਾਊਗਾ ਯੂਰਨ ਜਾਂ ਜੋ ਵੀ ਕਰਨ ਵਾਲੇ ਨੇ ਉਹ ਉੱਥੇ ਹੀ ਲੈ ਕੇ ਥੋੜਾ ਹੈਗਾ ਜਿਹੜੇ ਟੈਸਟ ਕਰਵਾ ਕੇ ਤੁਹਾਨੂੰ ਉੱਥੇ ਜਿਹੜੀ ਰਿਪੋਰਟ ਆ ਉਹ ਦਿੱਤੀ ਜਾਊਗੀ ਸੋ ਇਸ ਕਰਕੇ ਬਹੁਤ ਵੱਡਾ ਫਾਇਦਾ ਆਮ ਲੋਕਾਂ ਦਾ ਹੋਣ ਜਾ ਰਿਹਾ ਹੈ ਸਟਾਫ ਜਿਹੜਾ ਕੀ ਹੈ ਉਸ ਨੂੰ ਕਿਵੇਂ ਮੈਨੇਜ ਕੀਤਾ ਜਾਊਗਾ ਤਾਂ ਤੁਹਾਨੂੰ ਪਤਾ ਹੀ ਹੋਏਗਾ ਕਿ ਦਵਾਈਆਂ ਦੀ ਕਿਉਂਕਿ ਦੇਖੋ ਪੰਜਾਬ ਦੇ ਵਿੱਚ ਸਰ ਤੁਹਾਨੂੰ ਪਤਾ ਹੈ ਕਿ ਫਰਜ਼ੀ ਦਵਾਈਆਂ ਦਾ ਵੀ ਇੱਕ ਘਟਾਲਾ ਕੁਝ ਟਾਈਮ ਪਹਿਲਾਂ ਸਾਹਮਣੇ ਆਇਆ ਸੀਗਾ ਇਸ ਚੀਜ਼ ਤੇ ਕਿਵੇਂ ਚੈੱਕ ਕੀਤਾ ਜਾਊਗਾ ਕਿ ਦਵਾਈਆਂ ਪ੍ਰੋਪਰ ਪਹੁੰਚਣ ਤੇ ਦੂਜੀ ਗੱਲ ਦਵਾਈਆਂ ਦੀ ਘਾਟ ਵੀ ਹੈ ਕਿਤੇ ਨਾ ਕਿਤੇ ਪੰਜਾਬ ਉਸ ਨੂੰ ਕਿਸ ਤਰੀਕੇ ਨਾਲ ਪੂਰਾ ਕੀਤਾ ਰਿਹਾ ਹੋ ਕਿਉਂਕਿ ਕੁਝ ਜਿਹੜੇ ਆਪਣੀ ਡਰੱਗ ਕੰਪਨੀਆਂ ਐ ਉਹ ਪਲਾਂਟ ਵੀ ਜਿਹੜੇ ਕਿਆਂ ਉਹ ਪੂਰੀ ਪ੍ਰੋਡਿਊਸ ਨਹੀਂ ਕਰ پا ਰਹੇ ਦੇਖੋ ਜੀ ਆ ਜਿਹੜੇ ਆਮ ਆਦਮੀ ਕਲੀਨਿਕ ਨੇ ਉਹਨਾਂ ਦੀ ਮੈਡੀਸਿਨ ਸਾਰੀ ਉੱਥੇ ਪਹੁੰਚ ਚੁੱਕੀ ਹੈ ਔਰ ਜਿਹੜਾ ਸਟਾਫ ਹੈ ਉਹਦੀ ਭਰਤੀ ਹੋ ਚੁੱਕੀ ਹੈ ਉਹ ਉਹ ਪ੍ਰਕਿਰਿਆ ਕਾਫੀ ਸਮੇਂ ਤੋਂ ਜਿਹੜੀ ਚੱਲ ਰਹੀ ਸੀ ਉਹਨੂੰ ਪੂਰਾ ਕਰਕੇ ਉਹ ਸਟਾਫ ਦੀ ਭਰਤੀ ਹੋ ਚੁੱਕੀ ਹੈ ਬਾਕੀ ਮੈਡੀਸਨ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਜਾਊਗੀ ਚਾਹੇ ਉਹ ਆਮ ਆਦਮੀ ਕਲੀਨਿਕ ਹੋਣ ਜਾਂ ਡਿਸਪੈਂਸਰੀਆਂ ਹੋਣ ਜਾਂ ਉਹ ਵੱਡੇ ਹਸਪੀਟਲ ਹੋਣ ਹਾਂ ਇਹ ਜ਼ਰੂਰ ਹੈ ਕਿ ਕੁਝ ਸਮਾਂ ਲੱਗਦਾ ਹੈ ਉਹਨੂੰ ਖਰੀਦਣ ਤੇ ਉਹਦੀ ਇੱਕ ਸਾ ਪ੍ਰਕਿਰਿਆ ਉਹਨੂੰ ਪੂਰਾ ਕਰਨ ਤੇ ਜਿਹੜਾ 6 ਹਫਤੇ ਦੇ ਕਰੀਬਾ ਜਿਹੜਾ ਸਮਾਂ ਲੱਗ ਜਾਂਦਾ ਉਹ ਪ੍ਰਕਿਰਿਆ ਤਕਰੀਬਨ ਸਾਰੀ ਪੂਰੀ ਹੋਣ ਵਾਲੀ ਹੈ 31 ਅਗਸਤ ਤੱਕ ਤਾਂ ਸਾਰੇ ਹਸਪਤਾਲਾਂ ਦੇ ਵਿੱਚ ਕੋਈ ਕਿਸੇ ਮੈਡੀਸਨ ਦੀ ਕਮੀ ਹੋਣੀ ਨਹੀਂ ਦਿੱਤੀ ਜਾਊਗਾ ਕੈਮਰਾਮੈਨ ਤਰਿੰਦਰ ਦਨਾਨ ਮੋਲ ਸਿੰਗੂਲਟੀ ਜ਼ੀ ਮੀਡੀਆ ਚੰਡੀਗੜ੍ਹ